गुड मॉर्निंग डियर स्टूडेंट्स, सेकेंड लेक्चर ऑफ पंजाब मेरिटोरियस एंट्रेंस एग्जाम एंड टूडेज कोट इज ड्रीम 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 ड्रीम्स ट्रांसफॉर्म इंटू थॉट्स एंड थॉट्स रिजल्ट इन एक्शन। सो बेटा ड्रीम तुहाडा है मेरिटोरियस च एडमिशन लेना, तो थॉट्स नू तुसी ट्रांसफॉर्म करना है एक्शन करके रिजल्ट्स, ठीक है ना बेटा। सो ਇਹਦੇ ਵਿੱਚ ਮੈਂ ਤੁਹਾਡਾ ਸਾਥ ਦੇ ਰਹੀ ਹਾਂ ਅਤੇ ਆਪਾਂ ਅੱਜ ਅਗਲੇ ਕੁਐਸਚਨਸ ਡਿਸਕਸ ਕਰਾਂਗੇ ਐਗਜ਼ਾਮਸ ਰਿਲੇਟਡ। ਸੋ ਲੈਟ ਅਸ ਸਟਾਰਟ ਵਿਦ ਆਰ ਵੀਡੀਓ ਐਂਡ ਮਾਈ ਫਸਟ ਕੁਐਸਚਨ ਇਜ਼, ਵੈਨ ਆਇਰਨ ਨੇਲ ਇਜ਼ ਪਲੇਸਡ ਇਨ ਕਾਪਰ ਸਲਫੇਟ ਸਲਿਊਸ਼ਨ ਤਾਂ ਕਲਰ ਆਫ ਸਲਿਊਸ਼ਨ ਚੇਂਜਿਸ ਟੂ। ਬੇਟਾ ਇੱਥੇ ਗੱਲ ਕਰਾਂਗੇ ਆਇਰਨ, ਹੈ ਨਾ, ਐਫ ਈ ਦੀ। ਜਦੋਂ ਅਸੀਂ ਉਹਨੂੰ ਕਾਪਰ ਸਲਫੇਟ ਦੇ ਸਲਿਊਸ਼ਨ 'ਚ ਪਾ ਦਾਂਗੇ ਤਾਂ ਸਾਡਾ ਕਲਰ ਕਿਹੜੇ ਕਲਰ ਦਾ ਹੋ ਜਾਏਗਾ? ਸਾਡਾ ਹੋ ਜਾਏਗਾ, ਦਿਸ ਇਜ਼ ਆਰ ਆਇਰਨ। ਪਹਿਲੇ ਮੈਂ ਤੁਹਾਨੂੰ ਕੈਮੀਕਲ ਰਿਐਕਸ਼ਨ ਸਮਝਾਉਂਦੀ ਹਾਂ। ਦਿਸ ਇਜ਼ ਆਰ ਕਾਪਰ ਸਲਫੇਟ, ਵੈਰੀ ਇੰਪੋਰਟੈਂਟ ਰਿਐਕਸ਼ਨ ਬੇਟਾ, ਇਹ 10ਵੀਂ ਦੀ ਹੈ ਤੁਹਾਡੀ। ਔਰ ਵੈਨ ਐਵਰ ਦੇ ਰਿਐਕਸ਼ਨ ਟੇਕ ਪਲੇਸ, ਸਾਡੇ ਕੋਲ ਕੀ ਬਣਦਾ ਹੈ? ਸਾਡੇ ਕੋਲ ਬਲੂ, ਵੈਨ ਆਇਰਨ ਨੇਲ ਇਜ਼ ਪਲੇਸਡ ਇਨ ਕਾਪਰ ਸਲਫੇਟ, ਔਰ ਸਾਡੇ ਕੋਲ ਰਿਜ਼ਲਟ ਬਣਦਾ ਤੁਹਾਡਾ ਐਫ ਈ ਐਸ ਓ ਫੋਰ ਪਲੱਸ ਕਾਪਰ, ਠੀਕ ਹੈ ਬੇਟਾ। ਹੁਣ ਉਹਨੇ ਕਿਹਾ ਕਿ ਜਦੋਂ ਅਸੀਂ ਆਇਰਨ ਨੇਲ ਨੂੰ ਪਲੇਸ ਕਰਤਾ ਕਾਪਰ ਸਲਫੇਟ ਸਲਿਊਸ਼ਨ ਦੇ, ਜੇ ਤੁਹਾਡੀ ਜਾਣਕਾਰੀ ਲਈ ਮੈਂ ਦੱਸਾਂ ਤਾਂ ਜਿਹੜਾ ਕਾਪਰ ਦਾ ਕਲਰ ਹੈ ਉਹ ਬਲੂ ਹੁੰਦਾ ਹੈ, ਜਦਕਿ ਜਿਹੜਾ ਆਇਰਨ ਸਲਫੇਟ ਹੈ ਉਹਦਾ ਕਲਰ ਕੀ ਹੁੰਦਾ ਬੇਟਾ? ਉਹਦਾ ਕਲਰ ਹੁੰਦਾ ਹੈ ਗ੍ਰੀਨ। ਕੀ ਹੁੰਦਾ ਹੈ? ਗ੍ਰੀਨ ਕਲਰ। ਮੈਂ ਤੁਹਾਡੇ ਦੋ ਕੁਐਸਚਨ ਇੱਥੇ ਕਵਰ ਕਰਤੇ। ਜੇ ਆਇਰਨ ਸਲਫੇਟ ਦਾ ਕਲਰ ਆਉਂਦਾ ਹੈ, ਇੱਥੇ ਪੁੱਛਿਆ ਗਿਆ ਕਿ ਵੈਨ ਆਇਰਨ ਨੇਲ ਇਜ਼ ਡਿਪਟ ਇਨ ਕਾਪਰ ਸਲਫੇਟ ਸਲਿਊਸ਼ਨ ਦਾ ਕਲਰ ਆਫ ਸਲਿਊਸ਼ਨ ਚੇਂਜਿਸ ਟੂ, ਇਹ ਨਹੀਂ ਪੁੱਛਿਆ ਉਹਨਾਂ ਨੇ ਵਟ ਇਜ਼ ਦਾ ਕਲਰ ਆਫ ਸਲਿਊਸ਼ਨ, ਚੇਂਜ ਕਿਹਦੇ 'ਚ ਕਰਦਾ? ਗ੍ਰੀਨ ਕਲਰ 'ਚ। ਅਤੇ ਕਾਪਰ ਸਲਫੇਟ ਦਾ ਕਲਰ ਕੀ ਹੁੰਦਾ? ਬਲੂ। ਇਹਦਾ ਮਤਲਬ ਸਾਡੀ ਆਪਸ਼ਨ ਜਿਹੜੀ ਸਹੀ ਹੈ ਉਹ ਹੈ ਗ੍ਰੀਨ, ਓਕੇ ਬੇਟਾ। ਔਰ ਅਗਰ ਤੁਹਾਡਾ ਐਗਜ਼ਾਮੀਨੇਸ਼ਨ 'ਚ ਕੁਐਸਚਨ ਆ ਜਾਂਦਾ ਕਿ ਵਟ ਇਜ਼ ਦਸ ਕਲਰ ਆਫ ਕਾਪਰ ਸਲਫੇਟ, ਜਿਹਨੂੰ ਆਪਾਂ ਨੀਲਾ ਥੋਥਾ ਵੀ ਕਹਿੰਦੇ ਹਾਂ, ਤਾਂ ਉਹਦਾ ਕਲਰ ਕੀ ਹੈ? ਤਾਂ ਫਿਰ ਤੁਹਾਡਾ ਆਨਸਰ ਆਏਗਾ ਬਲੂ, ਓਕੇ। ਨਾਓ ਮਾਈ ਸੈਕਿੰਡ ਕੁਐਸਚਨ, ਵੈਰੀ ਇੰਪੋਰਟੈਂਟ ਬੇਟਾ। ਪੈਰਲਰ ਦੇ ਵਿੱਚ ਮੈਂ 10th ਲੈਸਨ ਦੇ ਜਿਹੜੇ ਵੀਡੀਓਜ਼ ਚੱਲ ਰਹੇ ਆ ਮੇਰੇ, ਉਹਦੇ ਵਿੱਚ ਇਹ ਕੁਐਸਚਨ ਮੈਂ ਤੁਹਾਨੂੰ ਇੰਨੀ ਡਿਟੇਲ ਨਾਲ ਕਰਵਾਇਆ ਹੈ। ਦੈਟ ਮਿਰਰ ਯੂਜਡ ਬਾਏ ਡੈਂਟਲ ਡਾਕਟਰ, ਆਪਸ਼ਨਸ ਆਰ ਕਨਵੈਕਸ ਮਿਰਰ, ਕਨਕੇਵ ਮਿਰਰ, ਬੋਥ ਆਫ ਅਬਵ, ਨਨ ਆਫ ਅਬਵ। ਬੇਟਾ ਅਤੇ ਸਹੀ ਆਨਸਰ ਦੱਸਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਡੈਂਟਲ ਡਾਕਟਰ, ਵਟ ਇਜ਼ ਦਾ ਪਰਪਸ ਆਫ ਡਾਕਟਰ? ਡਾਕਟਰ ਨੇ ਸਾਡੇ ਦੰਦ ਨੂੰ ਵੱਡਾ ਕਰਕੇ ਦੇਖਣਾ ਹੈ, ਅਤੇ ਓਬਵੀਅਸ ਹੈ ਕਿ ਉਹ ਜਿਹੜਾ ਰਿਜ਼ਲਟ ਹੋਏਗਾ ਕੌਣ ਦੇਗਾ? ਕਨਕੇਵ ਮਿਰਰ। ਸੋ ਆਰ ਸੈਕਿੰਡ ਆਪਸ਼ਨ ਇਜ਼ ਰਾਈਟ, ਕਨਕੇਵ ਮਿਰਰ। ਇੱਥੇ ਮੈਂ ਨਾਲ ਦੀ ਨਾਲ ਤੁਹਾਨੂੰ ਥੋੜ੍ਹਾ ਜਿਹਾ ਕਨਵੈਕਸ ਮਿਰਰ ਦਾ ਦੱਸ ਦਿੰਦੀ ਹਾਂ। ਜੇ ਕਿਤੇ ਵਹੀਕਲਸ ਆ ਜਾਣ, ਮਿਰਰ ਯੂਜ਼ਡ ਇਨ ਫਰੰਟ ਆਫ ਵਹੀਕਲਸ, ਜਾਂ ਮਿਰਰ ਯੂਜ਼ ਇਨ ਮੋਲਸ, ਜਿਹੜੇ ਬਿਗ ਮੋਲਸ ਹੁੰਦੇ ਨੇ ਟੂ ਥੈਫਟ ਨੂੰ ਰੋਕਣ ਲਈ, ਤਾਂ ਦੈਨ ਦਾ ਆਨਸਰ ਇਜ਼ ਕਨਵੈਕਸ ਮਿਰਰ। ਪਰ ਫਿਲਹਾਲ ਸਾਨੂੰ ਜਿਹੜਾ ਮੈਰੀਟੋਰੀਅਸ ਦੇ ਪਿਛਲੇ ਕਿਸੇ ਪੇਪਰ 'ਚ ਕੁਐਸਚਨ ਪੁੱਛਿਆ ਗਿਆ ਉਹ ਡੈਂਟਲ ਬਾਰੇ ਪੁੱਛਿਆ ਗਿਆ, ਡੈਂਟਲ ਮਤਲਬ ਦੰਦਾਂ ਦੇ ਡਾਕਟਰ ਬਾਰੇ, ਤਾਂ ਉਹ ਆਨਸਰ ਹੈ ਕਨਕੇਵ ਮਿਰਰ, ਓਕੇ। Now, our next question, very important question, which material is used to set fractured bones, ਟੁੱਟੀਆਂ ਹੋਈਆਂ ਹੱਡੀਆਂ ਨੂੰ ਪ੍ਰੋਪਰ ਪਲੇਸ 'ਤੇ ਸੈੱਟ ਕਰਨ ਲਈ ਕਿਹੜਾ ਮਟੀਰੀਅਲ ਯੂਜ਼ ਹੁੰਦਾ ਹੈ? ਜਿਪਸਮ, ਐਪਸਮ, ਆਪਸ਼ਨ ਸੀ ਇਜ਼ ਕੌਸਟਿਕ ਸੋਡਾ, ਅਤੇ ਆਪਸ਼ਨ ਡੀ ਇਜ਼ ਪਲਾਸਟਰ ਆਫ ਪੈਰਿਸ। ਬੇਟਾ ਜੇ ਮੈਂ ਤੁਹਾਨੂੰ ਦੱਸਾਂ ਤਾਂ ਪਲਾਸਟਰ ਆਫ ਪੈਰਿਸ ਨੂੰ ਆਪਾਂ ਪੀ ਓ ਪੀ ਵੀ ਕਹਿੰਦੇ ਹਾਂ, ਤਾਂ ਪੇਪਰ 'ਚ ਆਪਸ਼ਨ ਪੀ ਓ ਪੀ ਵੀ ਹੋ ਸਕਦੀ ਹੈ, ਔਰ ਸਾਡਾ ਰਾਈਟ ਆਨਸਰ ਹੈ ਪਲਾਸਟਰ ਆਫ ਪੈਰਿਸ। ਬੇਟਾ ਇਹਦੇ ਸਾਰਿਆਂ ਦੇ ਫਾਰਮੂਲੇ ਮੈਂ ਐਂਡ ਦੇ ਵਿੱਚ ਲਏ ਆ। ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਮੈਂ ਹਰ ਉਹ ਚੀਜ਼ ਡਿਸਕਸ ਕਰਾਂਗੀ ਜਿਹਦੇ 'ਚੋਂ ਪੇਪਰ 'ਚੋਂ 35 ਕੁਸ਼ਚਨ ਬਣਨਗੇ, ਔਰ ਅੱਜ ਮੇਰੀ ਜਿਹੜੀ ਮੇਨ ਐਮਫੋਸਿਸ ਰਹੇਗੀ ਤੁਹਾਨੂੰ ਫਾਰਮੂਲੇ ਯਾਦ ਕਰਾਉਣ 'ਤੇ ਰਹੇਗੀ। ਪਰ ਫਿਲਹਾਲ ਆਪਾਂ ਇਸ ਕੁਐਸਚਨ ਦਾ ਆਨਸਰ ਦੇਖਦੇ ਹਾਂ ਕਿ ਫ੍ਰੈਕਚਰਡ ਬੋਨਸ ਨੂੰ ਕਵਰ ਕਰਨ ਲਈ ਜਿਹੜੇ ਮਟੀਰੀਅਲ ਦੀ ਯੂਜ਼ ਹੁੰਦੀ ਹੈ ਉਹਨੂੰ ਆਪਾਂ ਪਲਾਸਟਰ ਆਫ ਪੈਰਿਸ ਜਾਂ ਪੀ ਓ ਪੀ ਕਹਿੰਦੇ ਹਾਂ। ਨਾਓ ਵਟ ਨੈਕਸਟ, ਦ ਮੇਨ ਕੰਪੋਨੈਂਟ ਆਫ ਬਾਇਓਗੈਸ ਪਲਾਂਟ, ਨਾਮ ਆਉਣੇ ਚਾਹੀਦੇ ਤੁਹਾਨੂੰ, ਸੀ ਓ ਟੂ, ਕਾਰਬਨ ਡਾਈਆਕਸਾਈਡ, ਸੀ ਐਚ ਫੋਰ, ਮੀਥੇਨ। ਬੇਟਾ ਪਹਿਲੇ ਤਾਂ ਦੇਖੋ
बायोगैस तुहानू पुछया बायोगैस दे विच एच टू हाइड्रोजन एच टू एस हाइड्रोजन सल्फाइड एंड आ राइट आंसर इज बी मीथेन। बायोगैस जड़ी हुंदी है उदा मेन जड़ा अंश हुंदा कंपोनेंट मीन्स बायोगैस का मेन अंश की है मिथेन। ठीक है नाउ आर नेक्स्ट क्वेश्चन इज एस्टिक एसिड स्मेल्स लाइक। एस्टिक एसिड बहुत इंपॉर्टेंट एस्टिक एसिड हुंदा है ठीक है ना ते इदी स्मेल किदे वर्गी हुंदी है बनाना वर्गी विनेगर वर्गी विनेगर सिरका टाइप ऑरेंज लेमन और द ऑप्शन विच इज़ करैक्ट इज़ विनेगर। बेटा इतने मैं तुम्हें एक गल होर समझाना चाहनी हाँ जिहड़ी एस्टर हुंदा है उदी स्मेल फ्रूटी हुंदी है जिहड़ा एस्टिक एसिड हुंदा है एस्टिक एसिड इथनोइक एसिड भी कहने हैं इनू उदी स्मेल विनेगर वर्गी हुंदी है। ठीक है बेटा नाउ व्हाट नेक्स्ट नेक्स्ट इज स्ट्रक्चर दिता हुआ सानू इहदा आयूपिक नाम की है। मेरी नॉमन क्लेचर की वीडियो है कार्बन एंड इट्स कंपाउंड नॉमन क्लेचर की सॉरी इट इज़ एम नॉमन क्लेचर की मेरी वीडियो है उदे विच कोई भी क्वेश्चन पेपर दे विच इस तरह का आ जाए आयूपिक ने नाम की है तो वो वीडियो तुसी एक वारी इत्थे रैफर कर लो बेटा ताकि तुहाडे नेमिंग्स वाले डाउट्स जिहड़े आ सारे क्लीयर हो जाए। जो तुसी नेमिंग वाले डाउट्स क्लीयर कर ले उस वीडियो नाल ते कोई भी क्वेश्चन इस दे रिलेटेड एग्जाम चाहे तो तुसी बहुत ईजी नाल कर लोगे। फिर भी मैं तुहानू इहदा तरीका दसदी हाँ यू हैव वन टू कार्बनस हेयर वन एंड टू ठीक है बेटा बी लगे ब्रोमो और उस वीडियो में मैं तुहानू दस्सिया कि जिहड़ा ब्रोमो क्लोरो जिहड़े हैलोजनस है वो प्रीफिक्स लगते हैं मतलब वो अगे लगते हैं और तुसी देख सकते हो सारे अगे है उदे विच बहुत क्लीयर है कि एक कार्बन दे नाल मिथ लगेगा। ठीक है दो कार्बन लई की लगेगा इथ लगेगा तीन कार्बन लई की लगेगा प्रोप लगेगा। जे तुसी देखो तो सानू गिवन की है दो कार्बन एक दो ते नाल सानू की गिवन है ब्रोमो ठीक है ब्रोमीन बी आर इहदा मतलब ना प्रोपेन सही है ठीक है ना मीथेन सही है। आ देखो बेटा मिथ एक ही लिखा प्रॉप इहदा मतलब नन ऑफ दीज तो है ही नहीं इहदा मतलब आ राइट आंसर इज ब्रोमो इथेन आ राइट आंसर इज ब्रोमो इथेन टू ठीक है ना टू ली इथेन ठीक है ब्रोमो बी आर ओ एम ओ ठीक है। नॉमन क्लेचर की वीडियो एक बार रैफर कर लियो ये क्लीयर करने लई। नाउ व्हाट नेक्स्ट नेक्स्ट इज ब्यूटेनोन। This question again from nomenclature, again from nomenclature video, refer here. बेटा जो मेहनत मैं कीती हुई है मैं दोबारा नहीं करांगी। You have to refer that videos इदा दे questions answer करन लई। ब्यूटेनोन इज फोर कार्बन कंपाउंड ब्यूट है मैं उत्थे तीन तक लिखे सी चार लिए आपां यूज करते हैं ब्यूट ठीक है बेटा। ब्यूटेनोइन इज अ फोर कार्बन कंपाउंड विद फंक्शनल ग्रुप नाम दसना है फंक्शनल ग्रुप का कारबोक्सलिक एसिड सारियां नूं तुहानूं पता है कार दसवीं बेटा थोड़ी जी कर ली तुसी सी ओ एच कारबोक्सलिक एसिड एल्डिहाइड सी एच ओ ठीक है कीटोन कीटोन इज सी डबल बोंड ओ या तुसी इहनूं सिंपल लिख सकते हो सी ओ ठीक है और अलकोहल अलकोहल इज ओ एच ठीक है बेटा। जे आप कारबोक्सलिक एसिड की गल करिए लगता है ओइक एसिड ओइक एसिड जे आप एल्डिहाइड की गल करिए तो लगता है अल जे आप कीटोन की गल करिए लगता है ओन और अलकोहल की गल करिए ओल ठीक है बेटा। यदा मतलब आ राइट आंसर इज कीटोन आ राइट आंसर इज कीटोन। क्वेश्चन नंबर नाइन्थ ध्यान ना सुनियो इस क्वेश्चन में क्वेश्चन थोड़ा कंफ्यूजिंग है। एन डैश इज अ होमोजीनियस मिक्सचर ऑफ टू और मोर मेटल्स और मेटल और अ नॉन मेटल मिश्रता ठीक है ना जे आप इतने गल करिए होमोजीनियस मिक्सचर मिनरल नो क्योंकि एक हों मिनरल तो मिक्सचर और नो गेंग्यू नो वेयर इज आर आंसर आर आंसर इज डी अलॉय
ਇੱਥੇ ਮੈਂ ਤੁਹਾਨੂੰ ਇਗਜ਼ਾਮਪਲ ਦਵਾਂਗੀ, ਜਿਹੜਾ ਤੁਸੀਂ ਰੋਜ਼ ਜਿਹਦੇ 'ਚ ਰੋਟੀ ਖਾਂਦੇ ਹੋ ਵੀ ਸਟੀਲ ਜਿਹੜਾ ਮਿਕਸਚਰ ਹੈ ਆਇਰਨ, ਅਸੀਂ ਐਜ਼ ਡਾਇਰੈਕਟ ਖਾਣਾ ਖਾਣ ਲਈ ਨਹੀਂ ਯੂਜ਼ ਕਰ ਸਕਦੇ, ਤਾਂ ਆਪਾਂ ਉਹਦਾ ਅਲੋਏ ਬਣਾਉਂਦੇ ਹਾਂ। ਇਹਦਾ ਮਤਲਬ ਸਾਡੀ ਫਿਲਪਸ 'ਚ ਕੀ ਆਇਆ, ਐਂਡ ਅਲੋਏ ਇਜ਼ ਅ ਹੋਮੋਜੀਨੀਅਸ ਮਿਕਸਚਰ ਆਫ ਟੂ ਔਰ ਮੋਰ ਮੈਟਲਸ ਔਰ ਅ ਮੈਟਲ ਐਂਡ ਅ ਨੋਨ ਮੈਟਲ। ਕੁਸ਼ਚਨ ਨੰਬਰ 10th, ਦ ਡਿਵਾਈਸ ਯੂਜ਼ਡ ਫੋਰ ਪ੍ਰੋਡਿਊਸਿੰਗ ਇਲੈਕਟ੍ਰਿਕ ਕਰੰਟ ਆਈ, ਠੀਕ ਹੈ ਬੇਟਾ, ਕਰੰਟ ਨੂੰ ਪ੍ਰੋਡਿਊਸ ਕਰਨ ਲਈ ਕਿਹੜੀ ਡਿਵਾਈਸ ਯੂਜ਼ ਹੁੰਦੀ ਹੈ, ਜਨਰੇਟਰ, ਮੋਟਰ, ਐਮੀਟਰ ਕਿ ਗੈਲਵੈਨੋਮੀਟਰ। ਬੇਟਾ ਡਿਵਾਈਸ ਲਿਖਣੀ ਹੈ ਪ੍ਰੋਡਿਊਸ ਕਰੇ ਕਰੰਟ। ਗੈਲਵੈਨੋਮੀਟਰ ਡਿਫਲੈਕਸ਼ਨ ਮਈਅਰ ਕਰਨ ਲਈ ਯੂਜ਼ ਕਰਦੇ ਹਾਂ, ਐਮੀਟਰ ਵੀ ਨਹੀਂ ਯੂਜ਼ ਕਰਦੇ ਅਸੀਂ ਪ੍ਰੋਡਿਊਸ ਕਰਨ ਲਈ, ਠੀਕ ਹੈ ਨਾ ਬੇਟਾ। ਐਮੀਟਰ ਆਪਾਂ ਕਾਹਦੇ ਲਈ ਯੂਜ਼ ਕਰਦੇ ਹਾਂ, ਮਈਅਰ ਕਰਨ ਲਈ ਕਰੰਟ। ਮੋਟਰ ਵੀ ਨਹੀਂ ਪ੍ਰੋਡਿਊਸ ਕਰਦੀ, ਕੀ ਪ੍ਰੋਡਿਊਸ ਕਰਦਾ ਹੈ, ਜਨਰੇਟਰ। ਯੂਅਰ ਰਾਈਟ ਆਂਸਰ ਇਜ਼ ਜਨਰੇਟਰ, ਠੀਕ ਹੈ ਬੇਟਾ। ਦੀਜ਼ ਆਰ ਦਾ 10 ਕੁਸ਼ਚਨਸ ਜਿਹੜੇ ਮੈਂ ਅੱਜ ਤੁਹਾਡੇ ਨਾਲ ਡਿਸਕਸ ਕੀਤੇ ਹੈ। ਬੇਟਾ 7 ਕੁਸ਼ਚਨਸ ਮੈਂ ਕੱਲ੍ਹ ਡਿਸਕਸ ਕੀਤੇ ਸੀ, ਤੁਹਾਡਾ ਖਜ਼ਾਨਾ ਦਿਨ ਬ ਦਿਨ ਵਧੀ ਜਾਣਾ, ਠੀਕ ਹੈ। ਇਹਨੂੰ ਨੋਟਸ ਬਣਾ ਲਓ, ਇਹਨੂੰ ਕਾਪੀ ਲਗਾ ਲਓ, ਵੱਖਰੀ ਜ਼ਿੰਦਗੀ ਦਾ ਸਵਾਲ ਹੈ। ਇੱਕ ਵਾਰੀ ਮੈਰੀਟੋਰੀਆ ਸਕੂਲ ਚਲੇ ਗਏ ਤਾਂ ਬਹੁਤ ਕੁਛ ਬਦਲ ਜਾਣਾ ਲਾਈਫ 'ਚ, ਠੀਕ ਹੈ ਬੇਟਾ। ਨਾਓ ਵਟ ਇਜ਼ ਯੂਅਰ ਹੋਮਵਰਕ, ਯੂਅਰ ਹੋਮਵਰਕ ਇਜ਼ ਟੂਡੇ, ਯੂਅਰ ਅਸਾਈਨਮੈਂਟ ਇਜ਼ ਟੂ ਲਰਨ ਦ ਫਾਰਮੂਲੇ। ਕਿਉਂਕਿ ਇੱਕ ਕੁਸ਼ਚਨ ਮੈਂ ਤੁਹਾਨੂੰ ਲਿਖ ਕੇ ਦੇ ਰਹੀ ਹਾਂ, ਆਹ ਮੈਂ 6 ਫਾਰਮੂਲੇ ਲਏ ਹੈ, ਇਹਨਾਂ 'ਚੋਂ ਪੇਪਰ 'ਚੋਂ ਹੋਏਗਾ ਹੀ ਹੋਏਗਾ। ਵਟ ਇਜ਼ ਵਾਸ਼ਿੰਗ ਸੋਡਾ, ਫਾਰਮੂਲਾ ਹੈ Na2CO3, 10 ਮੋਲੀਕਿਊਲਸ ਆਫ ਵਾਟਰ, ਕਿਹਦੇ ਲਈ ਯੂਜ਼ ਹੁੰਦਾ ਹੈ, ਮੈਨੂਫੈਕਚਰ ਆਫ ਬੋਰੈਕਸ, ਕੋਸਟਿਕ ਸੋਡਾ, ਸੋਫਟਨਿੰਗ ਆਫ ਹਾਰਡ ਵਾਟਰ। ਬੇਕਿੰਗ ਸੋਡਾ, ਸੋਡੀਅਮ ਹਾਈਡਰੋਜਨ ਕਾਰਬੋਨੇਟ, NaHCO3, ਯੂਜ਼ਡ ਐਜ਼ ਅ ਐਂਟ ਐਸਿਡ। ਕੱਲ੍ਹ ਵੀ ਕੁਸ਼ਚਨ ਮੈਂ ਐਂਟ ਐਸਿਡ ਦਾ ਪਾਇਆ ਸੀ, ਬਦਹਜ਼ਮੀ ਯੂਜ਼ ਕਰਨ ਲਈ ਥੱਲੇ ਆਪਸ਼ਨਸ ਆ ਸਕਦੀਆਂ। ਐਂਟ ਐਸਿਡ ਕੌਣ ਯੂਜ਼ ਹੁੰਦਾ, ਸੋਡੀਅਮ ਕਾਰਬੋਨੇਟ, ਡੈਕਾਹਾਈਡਰੇਟ, ਵਾਸ਼ਿੰਗ ਸੋਡਾ, ਬੇਕਿੰਗ ਸੋਡਾ ਕਿ ਬਲੀਚਿੰਗ ਪਾਊਡਰ। ਬਲੀਚਿੰਗ ਪਾਊਡਰ, ਕੈਲਸ਼ੀਅਮ ਆਕਸੀਕਲੋਰਾਈਡ, CaOCl2। ਬਲੀਚਿੰਗ ਕਲੋਥਸ ਯੂਜ਼ਡ ਐਜ਼ ਐਨ ਆਕਸੀਡਾਈਜ਼ਿੰਗ ਏਜੰਟ, ਡਿਸਇਨਫੈਕਟਿੰਗ ਵਾਟਰ, ਹੈ ਨਾ। ਪਲਾਸਟਰ ਆਫ ਪੈਰਿਸ, ਮੈਂ ਤੁਹਾਨੂੰ ਕਿਹਾ ਸੀ ਨਾ, ਮੈਂ ਐਂਡ 'ਤੇ ਤੁਹਾਨੂੰ ਇਹਦਾ ਦੱਸਾਂਗੀ ਫਾਰਮੂਲਾ। ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ, ਦੈਟ ਇਜ਼ CaSO4, ਹਾਫ ਮੋਲੀਕਿਊਲ ਆਫ ਵਾਟਰ। ਪਲਾਸਟਰਿੰਗ ਫ੍ਰੈਕਚਰਡ ਬੋਨਸ, ਮੇਕਿੰਗ ਟੋਇਜ਼, ਸਾਡਾ ਕੁਸ਼ਚਨ ਦਾ ਆਂਸਰ ਜੇ ਆਪਾਂ ਕਿਹਾ ਸੀ ਨਾ ਕਿ ਫ੍ਰੈਕਚਰਡ ਬੋਨਸ ਲਈ ਆਪਾਂ ਕਿਹਨੂੰ ਯੂਜ਼ ਕਰਦੇ ਹਾਂ, ਅਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਸੋਡੀਅਮ ਬਾਈਕਾਰਬੋਨੇਟ, ਦੈਟ ਇਜ਼ NaHCO3, ਬਾਈ ਕਰਕੇ ਐਚ ਲਿਆ, ਸੋਡੀਅਮ ਕਾਰਬੋਨੇਟ Na2CO3। ਸੋ ਦੀਜ਼ ਆਰ ਦਾ 10 ਕੁਸ਼ਚਨਸ ਐਂਡ ਯੂਅਰ ਅਸਾਈਨਮੈਂਟ ਜਿਹੜੀ ਮੈਂ ਅੱਜ ਲਈ ਹੈ। ਸੋ ਮੇਰੇ ਨਾਲ ਬਣੇ ਰਹੋ, ਆਪਾਂ ਇੱਦਾਂ ਹੀ ਮੈਰੀਟੋਰੀਅਸ ਐਂਟਰੈਂਸ ਐਗਜ਼ਾਮੀਨੇਸ਼ਨ ਦੀ ਤਿਆਰੀ ਕਰਨੀ ਹੈ। ਮੇਰੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਮੈਥਸ ਅਤੇ ਇੰਗਲਿਸ਼ ਨੂੰ ਵੀ ਸੋਰਟ ਆਊਟ ਕਰਨ ਦੀ, ਔਰ ਬਹੁਤ ਜਲਦੀ ਮੈਂ ਉਹ ਵੀ ਤੁਹਾਡੇ ਸਾਹਮਣੇ ਲਿਆਵਾਂਗੀ। ਸੋ ਬੇਟਾ ਡਰੀਮ ਡਰੀਮ ਡਰੀਮ, ਡਰੀਮਸ ਟ੍ਰਾਂਸਫੋਰਮ ਇਨ ਟੂ ਥੋਟਸ ਐਂਡ ਥੋਟਸ ਰਿਜ਼ਲਟਸ ਇਨ ਦਾ ਐਕਸ਼ਨ, ਐਂਡ ਐਕਸ਼ਨ ਤੁਹਾਨੂੰ ਬਹੁਤ ਐਕਸ਼ਨ ਕਰਨ ਨਾਲ ਤੁਹਾਨੂੰ ਬਹੁਤ ਸਾਰਾ ਜਿਹੜਾ ਗੁੱਡ ਰਿਜ਼ਲਟ ਮਿਲੇਗਾ ਉਹ ਵੇਟ ਐਂਡ ਵਾਚ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ ਯੂ ਆਲ।